ਮੇਰੀ ਤਰਫ ਤੋਂ ਤਮਾਮ ਵੀਡੀਓ ਦੇਖਣ ਵਾਲਿਆਂ ਨੂੰ ਅਸਲਾਮ ਵਾਲੇਕੁਮ। ਅਸੀਂ ਚੱਲੇ ਜੀ ਸ਼ਹਿਰ, ਮੈਂ ਅਤੇ ਮੌਸਮ ਅਤੇ ਚਾਚਾ ਜਾਰਾ। ਅਤੇ ਹੁਣ ਤੁਸੀਂ ਇਹ ਵੀ ਪੁੱਛੋਗੇ ਵੀ ਕਿਉਂ ਜਾ ਰਹੇ ਹਾਂ। ਅਸੀਂ ਇਸ ਵਾਸਤੇ ਜਾ ਰਹੇ ਹਾਂ ਕਿ ਕੁਝ ਪੱਖੇ ਮੈਂ ਲਿਆਇਆ ਸੀ, ACDC ਪਹਿਲੇ ਲਿਆ ਕੇ ਰੱਖੇ ਸਨ ਅਤੇ ਉਹ ਲਾਏ ਨੇ ਅਤੇ ਹੁਣ ਸੋਲਰ 'ਤੇ ਚਲਾਏ ਸਨ। ਉਹਨਾਂ 'ਚ ਇੱਕ ਪੱਖਾ ਜਿਹੜਾ ਨਾ ਜੀ ਉਹ ਨਹੀਂ ਚੱਲਿਆ ਅਤੇ ਉਹ ਪੱਖਾ ਮੋੜਨ ਵਾਸਤੇ ਜਾ ਰਹੇ ਹਾਂ। ਦੁਕਾਨ ਵਾਲਿਆਂ ਨੂੰ ਫੋਨ ਕੀਤਾ ਸੀ ਜਿਨ੍ਹਾਂ ਕੋਲ ਲਏ ਸਨ, ਉਹਨਾਂ ਆਖਿਆ ਜੀ ਪੱਖਾ ਲੈ ਉਹ ਅਤੇ ਆ ਕੇ ਨਵਾਂ ਪੱਖਾ ਲੈ ਜਾਓ। ਅਤੇ ਇਹ ਹੁਣ ਅਸੀਂ ਜਿਹੜਾ ਪੱਖਾ ਮੋੜਨ ਜਾ ਰਹੇ ਹਾਂ, ਪੱਖਾ ਇਹ ਪਿਆ ਜੇ, ਇਹ ਦੇਖੋ ਇਹਨੂੰ ਹੁਣ ਮੈਂ ਲੈ ਕੇ ਚੱਲਾਂ ਜੇ। 12 ਵੋਲਟ ਵਾਲਾ ਹੀ ਆ, ਲੇਕਿਨ ਇਹ 12 ਵੋਲਟ 'ਤੇ ਨਹੀਂ ਚੱਲਿਆ, ਬਾਬਡਾ 'ਤੇ ਚੱਲ ਗਿਆ। ਜੇਕਰ ਸਾਨੂੰ ਤਾਂ 12 ਵੋਲਟ 'ਤੇ ਚੱਲਣਾ ਚਾਹੀਦਾ ਨਾ ਜੀ। ਅਤੇ ਇਹ ਹੁਣ ਸਾਡਾ ਗੇਟ ਵੇਖ ਲਓ, ਅਸੀਂ ਹੁਣ ਚੱਲੇ ਹਾਂ। ਇਹ ਪਾਰ ਪੱਖੇ ਜਿਹੜੇ ਮੈਂ ਫੜ ਲਏ ਨੇ ਅਤੇ ਹੁਣ ਚੱਲੇ ਅਸੀਂ ਸ਼ਹਿਰ ਦਿਖਾਉਂਦੇ ਹਾਂ। ਇਹ ਗੱਡੀ ਖੜ੍ਹੀ ਜੀ ਸਾਡੀ, ਅਤੇ ਚੱਲਦੇ ਹਾਂ ਹੁਣ ਗੱਡੀ ਦੇ ਵਿੱਚ ਬਹਿੰਦੇ ਹਾਂ। ਲਓ ਗੱਡੀ ਬਾਰੀ ਖੋਲੋ ਅਤੇ ਗੱਡੀ ਦੇ ਵਿੱਚ ਬਹਿ ਲਓ। ਲਓ ਜੀ ਗੱਡੀ 'ਚ ਅਸੀਂ ਹੁਣ ਬਹਿ ਗਏ। ਉਧਰੋਂ ਜਾਣਾ, ਉਧਰੋਂ ਜਾਣਾ, ਕਾਂਢੀਵਾਲ ਰੋਡ 'ਤੇ ਚੱਲੋ। ਮੈਂ ਤਾਂ ਕਹਿੰਦਾ ਇਹ ਚਾਚਾ ਜਾਰਾ ਬੈਠਾ ਜੀ, ਆ ਦੇਖੋ ਪਿੱਛੇ ਇਹ ਵੀ ਸਾਡੇ ਨਾਲ ਅੱਜ ਆ ਰਿਹਾ। ਇਹ ਕਹਿੰਦਾ ਮੈਂ ਚਣੇ ਖਾਣੇ ਆ, ਚਣੇ ਹੀ ਇਹਨੂੰ ਖਾਣੇ ਆ ਅੱਜ, ਅਸੀਂ ਮੁਰਗਾ ਨਹੀਂ ਖਵਾਉਣਾ ਇਹਨੂੰ। ਚਟਣੀ ਦਾ ਘਰ ਆ ਨਾ, ਚਟਣੀ ਇੱਥੇ ਤੇ ਨਹੀਂ ਨਾ, ਚਟਣੀ ਨਾਲ ਹੁਣ ਕਿਵੇਂ ਲਈਏ ਉਹਨੂੰ ਚਟਣੀ ਨੂੰ। ਚਟਣੀ ਹੁਣ ਨਾਲ ਕਿਵੇਂ ਲਈਏ, ਨਾਲ ਫਿਰ ਹੋਟਲ ਵਾਲੇ ਵੀ ਰਾਬਤਾ ਕਰਨਗੇ ਵੀ ਜਿਹੜੇ ਚਟਣੀ ਲੈ ਕੇ ਆਏ ਨੇ ਕੋਈ ਖਾਸ ਚੀਜ਼। ਇੰਦਰ ਮੌਸਮ ਗੱਡੀ ਚਲਾ ਰਿਹਾ, ਗੱਡੀ ਮੌਸਮ ਨਹੀਂ ਚਲਾਉਂਦਾ ਜੀ, ਅਸੀਂ ਤਾਂ ਗੱਡੀ ਜਿਹੜੀ ਆ ਨਾ ਜੀ ਘੱਟ ਹੀ ਚਲਾਉਂਦੇ ਹਾਂ। ਅਸਲ ਡਰਾਈਵਰ ਮੌਸਮ ਨਹੀਂ ਆ ਸਾਡਾ। ਅਸ਼ਰਫ ਨੂੰ ਵੀ ਸਿੱਟ ਲਈਏ ਵਿੱਚ ਫੜ ਕੇ, ਉਹ ਤਾਂ ਵੀ ਸਹੀ ਸਾਡੀ ਜਿਹੜੀ ਆ ਨਾ ਵਿੱਚ ਨਹੀਂ ਬਣਦੀ ਗੱਡੀ, ਜਿਹੜੀ ਆ ਨਾ ਸੇਫ ਨਹੀਂ ਚਲਾਉਂਦਾ, ਝਟਕੇ ਬਹੁਤ ਮਰਵਾਉਂਦਾ। ਇਹ ਸਾਡਾ ਸਕੂਲ ਆ ਗਿਆ ਜੀ ਮੁੰਡਿਆਂ ਦਾ, ਇਹ ਬਣਿਆ ਸਾਡੇ ਆ, ਇੱਕ ਨਹੀਂ 4 ਬਣੇ ਨੇ ਇੱਧਰ ਸਾਡੇ, ਇੱਧਰ ਨੂੰ ਜਾਈਏ ਸਾਨੂੰ ਇੱਕ ਆਉਂਦਾ, ਉੱਧਰ ਨੂੰ 46 ਵੱਲੋਂ ਆਈਏ 3 ਆਉਂਦੇ ਨੇ। ਅਤੇ ਆ ਫਰਿਆਦ ਦਾ ਪੈਟਰੋਲ ਪੰਪ ਆ ਗਿਆ ਜੀ A1, 36 ਪੁਲ ਆ ਗਿਆ ਸਾਡਾ। ਹੁਣ ਅਸੀਂ ਲੈਫਟ ਟਰਨ ਆਉਣਾ ਸ਼ਹਿਰ ਵਾਸਤੇ, ਇੱਥੋਂ ਹੁਣ ਟਰਨ ਲੈ ਲਿਆ ਜੀ ਅਸੀਂ ਸ਼ਹਿਰ, ਕਾਂਢੀਵਾਲ ਰੋਡ ਆ ਗਿਆ। ਅਸੀਂ ਹੁਣ 36 ਚੱਕ ਪਹੁੰਚਣ ਲੱਗੇ ਜੀ। 36 ਚੱਕ ਜਿਹੜਾ ਨਾ ਜੀ ਸਾਨੂੰ ਬੈਂਕ 'ਚ ਵੀ ਥੋੜ੍ਹਾ ਜਿਹਾ ਕੰਮ ਹੈ, ਉੱਥੋਂ ਅਸਾਂ ਪੈਸੇ ਲੈਣੇ ਨੇ ਜੇ ਦੇਤੇ ਉਹਨਾਂ ਨੇ ਕੱਲ੍ਹ, ਤਾਂ ਉਹਨਾਂ ਨੇ ਕੱਲ੍ਹ ਬੰਦਾ ਘੱਲਿਆ ਸੀ, ਹੁਣ ਤਾਂ ਦਏ ਨਹੀਂ ਉਹਨਾਂ ਨੇ, ਲੇਕਿਨ ਅੱਜ ਮੈਂ ਖੁਦ ਮੈਂ ਕਿਹਾ ਟਰਾਈ ਕਰਦੇ ਹਾਂ, ਬੈਂਕ ਮੈਨੇਜਰ ਨਾਲ ਗੱਲ ਕਰਾਂਗੇ। ਲੇਕਿਨ ਬੈਂਕ ਦੇ ਵਿੱਚ ਵੀਡੀਓ ਨਹੀਂ ਬਣਨੀ ਕਿਉਂਕਿ ਉਹ ਨਹੀਂ ਬਣਨ ਦਿੰਦੇ, ਸਕਿਉਰਟੀ ਮਸਲਾ ਆਉਣਾ ਉਹਨਾਂ ਦਾ, ਅਤੇ ਹੁੰਦੇ ਵੀ ਨੇ ਮਸਲੇ ਮਿਸਾਇਲ। ਅਤੇ ਹੁਣ ਚੱਕ ਚੱਕ 36 ਆ ਗਿਆ ਜੀ। ਬੈਂਕ ਆ ਗਿਆ ਜੀ, ਨੈਸ਼ਨਲ ਬੈਂਕ, ਬੋਰਡ ਲੱਗਿਆ ਉਹਦਾ ਹੈ।
ਆ ਗਿਆ ਜੀ ਨੈਸ਼ਨਲ ਬੈਂਕ ਸਾਡਾ, ਇੱਥੇ ਹੁਣ ਜਾਂਦੇ ਹਾਂ ਪੈਸੇ ਲੈਣ, ਦੇਖਦੇ ਹਾਂ ਟਰਾਈ ਕਰਕੇ ਜੇ ਉਹਨਾਂ ਦੇਤੇ ਕੁਛੋ ਜਿਹੜਾ ਨਾ ਜੀ ਪੈਸੇ ਲੈ ਆਉਂਦੇ ਨੇ, ਅਤੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੇਤੇ, ਮਿਹਰਬਾਨ ਬੰਦੇ ਨੇ ਉਹ, ਅਤੇ ਹੁਣ ਗੱਡੀ 'ਚ ਦੁਬਾਰਾ ਆ ਗਏ ਹਾਂ। ਚਲੋ ਜੀ ਮੌਸਮ ਗੱਡੀ ਤੋਰੋ, ਹੁਣ ਚਲੀਏ ਸ਼ਹਿਰ। ਆ ਗਿਆ ਜੀ 98 ਚੱਕ, 98 ਚੱਕ ਜਿਹੜਾ ਨਾ ਜੀ 36 ਤੋਂ ਆਇਆ ਕੋਈ 1.5-2 ਕਿਲੋਮੀਟਰ। ਇਹ ਗੁੰਗਿਆਂ ਦਾ ਸਕੂਲ ਬਣਿਆ ਜੀ। ਲਓ ਜੀ ਅਸੀਂ ਹੁਣ ਬਾਈਪਾਸ 'ਤੇ ਪਹੁੰਚ ਚੱਲੇ ਹਾਂ, ਅਤੇ ਮਾਸ਼ਾਅੱਲਾ ਇੱਥੇ ਸਾਡੇ ਦਰਖਤ ਬੜੇ ਲੱਗੇ ਹੋਏ ਨੇ ਇੱਥੇ, ਇਹ ਦੇਖੋ ਨਾ ਦੋਵੇਂ ਪਾਸੇ ਸਫੈਦਾ, ਬਹੁਤ ਪਿਆਰਾ ਲੱਗਿਆ। ਇੱਥੇ ਆ ਕੇ ਜਦੋਂ ਇੱਥੇ ਪਹੁੰਚਦੇ ਹਾਂ ਨਾ, ਠੰਡਕ ਜੀ ਮਹਿਸੂਸ ਹੁੰਦੀ ਆ। ਠੰਡਕ ਇਸ ਵਾਸਤੇ ਮਹਿਸੂਸ ਹੁੰਦੀ ਦਰਖਤਾਂ ਦੀ ਵਜ੍ਹਾ ਨਾਲ, ਇਸ ਵਾਸਤੇ ਕਹਿੰਦੇ ਕਿ ਦਰਖਤ ਲਗਾਓ ਗਰਮੀ ਨੂੰ ਬਗਾਓ। ਇਹ ਦੇਖੋ ਕਿੰਨੀ ਹਰਿਆਲੀ ਹੈ, ਸਿੱਧੇ ਹੀ ਕਿਉਂਕਿ ਅਸੀਂ ਜਿਹੜੇ ਕੰਮ ਜਾ ਰਹੇ ਹਾਂ ਨਾ ਜੀ, ਉਹ ਇੱਧਰ ਹੀ ਨੇ ਸਾਡੇ ਕੰਮ। ਇਹ ਕਿਹਾ ਜਾਂਦਾ ਸ਼ਹਿਰ ਨੂੰ ਰੋਡ, ਅਤੇ ਇਹ ਸਿੱਧਾ PF ਰੋਡ ਗਿਆ ਜੀ ਸਾਡਾ। ਇਹ ਰੋਡ PF ਬੇਸ ਨੂੰ ਜਾਂਦਾ, ਅੱਗੋਂ ਜਾ ਕੇ ਟਰਨ ਹੋ ਜਾਣਾ ਸੀ, ਕਿਉਂਕਿ ਅੱਗੋਂ PF ਵਾਲੇ ਨਹੀਂ ਜਾਣ ਦਿੰਦੇ ਟ੍ਰੈਫਿਕ, ਕੋਈ ਸਕਿਉਰਿਟੀ ਮਸਲੇ ਹੁੰਦੇ ਨੇ ਉਹਨਾਂ ਦੇ, ਮੁਲਕੀ ਸਕਿਉਰਿਟੀ ਲੈਵਲ 'ਤੇ ਨਾ ਜੀ ਮਸਲੇ ਮਸਾਇਲ ਹੁੰਦੇ ਨੇ, ਉਹ ਵੀ ਸੱਚੇ ਨੇ। ਠੀਕ ਕੀਤਾ ਉਹਨਾਂ ਨੇ, ਅਣਜਾ ਟੇਲ ਆ ਗਈ ਜੀ ਸਾਡੀ ਮੁਕੰਮਲ। ਅਣਜਾ ਟੇਲ ਇਹ ਹੀ ਹੈ ਪੂਰਾ ਸ਼ਹਿਰ ਜਿਹੜਾ ਨਾ ਜੀ, ਅਣਜਾ ਟੇਲ ਹੀ ਘੁੰਮਦਾ ਸਾਰਾ। ਦੇਖੋ ਲਾਈਨਾਂ ਕਿਵੇਂ ਲੱਗੀਆਂ ਨੇ, ਇਹ ਸਿਰਫ ਸਕੂਲ ਦੀ ਵਜ੍ਹਾ ਨਾਲ ਲਾਈਨਾਂ ਲੱਗੀਆਂ ਨੇ। ਇੱਕ ਇਹ ਸਕੂਲ ਆ ਗਿਆ ਲਾਹੌਰ ਗ੍ਰਾਮਰ ਸਕੂਲ, ਸਿਟੀ ਸਕੂਲ ਆ ਗਿਆ। ਇੱਥੇ ਵੀ ਬੜਾ ਰਸ਼ ਹੁੰਦਾ ਜੀ, ਅਜੇ ਟਾਈਮ ਇਹਨਾਂ ਦਾ ਮੈਂ ਕਿਹਾ ਛੁੱਟੀ ਦਾ ਹੋਇਆ ਨਹੀਂ, ਗੱਡੀਆਂ ਆ ਕੇ ਖਲੋਣੀਆਂ ਸ਼ੁਰੂ ਹੋ ਗਈਆਂ ਨੇ। ਇਹ ਆ ਗਿਆ ਜੀ ਕੁਈਨ ਚੌਕ ਆ ਗਿਆ। ਇੱਥੇ ਦੁਕਾਨ ਹੈ ਜਿੱਥੇ ਅਸੀਂ ਜਾਣਾ। ਇਹਨਾਂ ਸਾਨੂੰ ਬੜਾ ਤੰਗ ਕੀਤਾ, ਇਹਨਾਂ ਦਾ ਹੁਣ ਦੇਖਦੇ ਕੀ ਕਰਦੇ ਨੇ। ਆ ਗਈ ਜੀ RLM ਦੀ ਦੁਕਾਨ, ਜਿੱਥੋਂ ਅਸੀਂ LCD ਖਰੀਦੀ ਆ, ਲੇਕਿਨ LCD ਸਾਡੀ ਅਜੇ ਤੱਕ ਪਹੁੰਚੀ ਨਹੀਂ। ਅੱਜ ਪੁੱਛਦੇ ਹਾਂ ਇਹਨਾਂ ਨੂੰ ਕਿਉਂ ਨਹੀਂ ਪਹੁੰਚੀ ਸਾਡੀ LCD, ਕਿਉਂਕਿ 1,28,000 ਇਹਨਾਂ ਸਾਡੇ ਕੋਲ ਲਿਆ। ਅਤੇ ਇਹ ਦੁਕਾਨ ਹੈ ਸਰ LCD। ਅਸਲਾਮੁ ਅਲੈਕੁਮ ਜੀ। ਮੈਂ ਤੇ LCD ਦਾ ਪੁੱਛਣ ਆਇਆ ਤੁਹਾਡੇ ਕੋਲ ਐਂਟਰੀ ਦੇ ਜੀ। ਸਾਡੀ LCD ਇਹਨਾਂ ਨੇ ਲੋਡ ਕਰਾ ਕੇ ਕੱਲ੍ਹ ਵੀ ਛੱਡੀ, ਅਸਾਂ ਇਹਨਾਂ ਨੂੰ ਵਾਇਸ ਮੈਸੇਜ ਕੀਤਾ ਸੀ ਸਰ, ਸੋ ਨਹੀਂ ਸਰ, ਅਤੇ ਲੇਕਿਨ ਉਹ ਕਹਿੰਦੇ ਜੀ ਅਸੀਂ ਹੁਣ ਕਲਾ ਛੋੜੀ ਹੈ। ਚਲੋ ਦੇਖਦੇ ਹਾਂ ਜੀ LCD ਸਾਡੀ, ਅਸੀਂ ਤਾਂ ਦੇਖ ਕੇ ਇੱਥੋਂ ਲੋਡ ਕਰਵਾਉਣੀ ਸੀ, ਲੇਕਿਨ ਇਹਨਾਂ ਸਾਡੇ ਤੋਂ ਪਹਿਲਾਂ ਹੀ ਕਲਾ ਛੱਡੀ ਹੈ। ਅਤੇ ਹੁਣ ਘਰ ਜਾ ਕੇ ਵੇਖਦੇ ਹਾਂ, ਦੂਸਰੇ ਇੱਕ ਦੋ ਕੰਮ ਨੇ ਉਹ ਕਰ ਲਈਏ, ਨਹੀਂ ਦੁਕਾਨ ਦਾ ਤੁਹਾਨੂੰ ਕੋਈ ਡਿਸਪਲੇ ਦਿਖਾ ਦਈਏ। ਅੱਛਾ ਉਹ ਇਹ ਵੀ ਦੱਸਿਓ ਸਾਨੂੰ ਵੀ ਕਦੋਂ ਪਹੁੰਚੇਗਾ ਉਹ ਨੰਬਰ ਦੇ ਦਿੱਤਾ ਰਿਕਸ਼ੇ ਵਾਲੇ ਦਾ, ਨਹੀਂ ਫਿੱਟ ਕਰਨ ਵਾਲਾ ਫਿੱਟ ਕਰਨ ਵਾਲਾ ਉਹ ਜਦ ਪਹੁੰਚੇਗਾ ਆਪਣੇ ਕਾਲ ਕਰਨੀ ਹੈ ਕੰਪਨੀ ਦੇ ਨੰਬਰ 'ਤੇ।
ਅੱਛਾ ਲੜਕਾ ਲਗਾ ਦੇ ਠੀਕ ਹੈ ਮਾਲ ਲੋਡ ਹੋ ਰਿਹਾ ਜੀ ਇਹਨਾਂ ਦਾ ਅਤੇ ਇਹ ਗੁਲਜ਼ਾਰ ਆ ਗਿਆ ਇਹ ਦੂਰ ਖੜਾ ਸੀ ਮੈਂ ਕਿਹਾ ਤੂੰ ਰਹੀ ਆ ਜਾ ਸਾਡੇ ਕੋਲ ਅਤੇ ਹੁਣ ਸਾਨੂੰ ਇਹ ਜਾਣ ਨਹੀਂ ਦੇ ਰਹੇ ਕਹਿੰਦੇ ਸਾਡੇ ਕੋਲੋਂ ਜਿਹੜਾ ਨਾ ਜੀ ਹੁਣ ਪਾਣੀ ਪੀ ਕੇ ਜਾਣਾ ਤੁਸੀਂ ਠੰਡਾ ਗੱਡੀ ਸਾਡੀ ਚਲੀ ਗਈ ਹੁਣ ਅਸੀਂ ਚੱਲੇ ਹਾਂ ਚਣੇ ਖਾਣ ਅਤੇ ਨਾਲੇ ਪੱਖਾ ਮੋੜ ਅਤੇ ਹੁਣ ਗੱਡੀ 'ਚ ਬਹਿੰਦੇ ਹਾਂ ਚੱਲਦੇ ਹਾਂ ਲਓ ਜੀ ਹੁਣ ਗੱਡੀ 'ਚ ਬੈਠੀ ਹੈ ਚੱਲ ਵੇ ਮੌਸਮ ਲੱਗਿਆ ਜੀ ਮੌਸਮ ਖੁਸ਼ ਹੁਣ ਐਲ ਸੀ ਡੀ ਦੀ ਪਹੁੰਚ ਗਈ ਹੈ ਜੀ ਅਤੇ ਇਹਨੇ ਫਿੱਟ ਕਰਨ ਦੀ ਜਿਹੜਾ ਉਹ ਵੀ ਕੰਪਲੇਨ ਕਰਤੀ ਆ ਫਿੱਟ ਕਰਨ ਵਾਲਾ ਵੀ ਆ ਜਾਏਗਾ ਮੌਸਮ ਅੱਜ ਵੱਡੀਆਂ ਵੱਡੀਆਂ ਤਸਵੀਰਾਂ ਦੇਖੇਗਾ ਚਾਚਾ ਕੈਸੀ ਆ ਬਲਾ ਚਲਦੀ ਦੇਖਾਂਗੇ ਫਿਰ ਨਾਲੇ ਤੇਰੇ ਕੋ ਆਵਾਂਗੇ ਨਹੀਂ ਸਾਇਸ ਠੀਕ ਆ ਸਾਰਾ ਸਾਇਸ ਠੀਕ ਆ ਕੋ ਖਾਵਾਂ ਪੀਵਾਂਗੇ ਫਿਰ ਤਾਰੀਫ ਕਰਾਂਗੇ ਲਓ ਜੀ ਗੁਲਜ਼ਾਰ ਕਹਿੰਦਾ ਜੀ ਖਾ ਕੇ ਤਾਰੀਫ ਕਰਨੀ ਹੈ ਜੀ ਗੁਲਜ਼ਾਰ ਤੇ ਜੀ ਕਹਿੰਦਾ ਖਾਓ ਤੇ ਫਿਰ ਤਾਰੀਫ ਕਰੋ ਭੁੱਖੇ ਪੇਟ ਤਾਰੀਫ ਹੁੰਦੀ ਵੀ ਕੋਈ ਨਹੀਂ ਬੋਲੇ ਹੀ ਨਹੀਂ ਜਾਂਦਾ ਹਾਂ ਬੋਲੇ ਹੀ ਨਹੀਂ ਜਾਂਦਾ ਅਸੀਂ ਇਹ ਪੰਪ ਤੇ ਜਾਣਾ ਸ਼ੈਲ ਵਾਲਿਆਂ ਦੇ ਇੱਥੋਂ ਅਸੀਂ ਹੁਣ ਪੈਟਰੋਲ ਪਵਾਉਣਾ ਪਤਾ ਨਹੀਂ ਕਿੰਨਾ ਪਾਉਣਾ ਮੌਸਮ ਨੇ ਮੈਂ ਦੇ ਦੀ ਨੂੰ ਗਾਰਡ ਮਾਰਾਂਗਾ ਮੇਰੇ ਕੋ ਗਾਰਡ ਲਓ ਜੀ ਲਾਈਨਾਂ ਲੱਗੀਆਂ ਇੱਥੇ ਵੀ ਮਾਸ਼ਾਅੱਲਾ ਪੈਟਰੋਲ ਪੰਪ 'ਤੇ ਵੀ 290 ਰੁਪਏ ਅਤੇ 27 ਪੈਸੇ ਰੇਟ ਹੈ ਸਮਾਨਾ ਠੀਕ ਹੈ ਚੌਕ ਆ ਗਿਆ ਜੀ ਹੁਣ ਅੱਗੇ ਅਸੀਂ ਪੁਲ ਚੜ੍ਹਨਾ ਪੁਲ ਆ ਗਿਆ ਜੀ ਕਚਹਿਰੀਆਂ ਵਾਲਾ ਪੁਲ ਨਹੀਂ ਤਾਂ ਇੱਥੋਂ ਤਾਂ ਲੰਘਿਆ ਹੀ ਨਹੀਂ ਜਾਂਦਾ ਇੱਕ ਇਹ ਪੁਲ ਆ ਗਿਆ ਜੀ ਖਿਆਮ ਚੌਕ ਵਾਲਾ ਇਹਨੂੰ ਖਿਆਮ ਚੌਕ ਵਾਲਾ ਪੁਲ ਕਹਿੰਦੇ ਨੇ ਅਸੀਂ ਸਰਗੋਧੇ ਆ ਹਾਂ ਚਾਚਾ ਜਾ ਰਿਹਾ ਤੇ ਹੁਣ ਚਣੇ ਅੰਡਾ ਚਣੇ ਲੇਕਿਨ ਐਤਕਾ ਖਾ ਅਸੀਂ ਬੜੀ ਦੇਰ ਬਾਅਦ ਰਹੇ ਹਾਂ ਚਣੇ ਹੈ ਨਾ ਅੱਗੇ ਅਸੀਂ ਬੜੇ ਚਣੇ ਖਾਂਦੇ ਰਹੇ ਹਾਂ ਹਫ਼ਤੇ 'ਚ ਦੋ ਦੋ ਦਫ਼ਾ ਵੀ ਮਹੀਨੇ 'ਚ ਚਾਰ ਚਾਰ ਦਫ਼ਾ ਵੀ ਆਉਂਦੇ ਰਹੇ ਪੰਜ ਪੰਜ ਦਫ਼ਾ ਵੀ ਲੇਕਿਨ ਅੱਜ ਤਾਂ ਆਏ ਹੀ ਅਸੀਂ ਬੜੀ ਦੇਰ ਬਾਅਦ ਹੁਣ ਟਾਈਮ ਹੀ ਨਹੀਂ ਲੱਗਦਾ ਕੰਮ ਹੀ ਇੰਨੀ ਮਸਰੂਫੀਆਤ ਹੀ ਇੰਨੀ ਹੋ ਗਈ ਹਿਸਾਬ ਹੀ ਕੋਈ ਨਹੀਂ ਉਹਦੇ ਰਿਟਾਇਰ ਹੋ ਗਿਆ ਬੜੀ ਦੇਰ ਦਾ ਅੰਦਰ ਲਾ ਲਾ ਫਿਰ ਗੱਡੀ ਨਹੀਂ ਲੈ ਚੱਲ ਸਿੱਧੀ ਕੇ ਉੱਥੇ ਕਿੱਥੇ ਲੱਗੀ ਦੁਕਾਨ ਹੈ ਜੀ ਜਿੱਥੋਂ ਅਸਾਂ ਪੱਖੇ ਲਏ ਸਾਂ ਇਲੈਕਟ੍ਰੋਨਿਕਸ ਸ਼ਬਾਜ ਇਲੈਕਟ੍ਰੋਨਿਕਸ ਲਓ ਜੀ ਪੱਖਾ ਅਸੀਂ ਦੁਕਾਨ ਵਾਲੇ ਨੇ ਦਿੱਤਾ ਉਹ ਚੈੱਕ ਕਰਨ ਲੱਗਿਆ ਅਤੇ ਹੁਣ ਇਹ ਕਹਿੰਦੇ ਇਹਨਾਂ ਸਾਨੂੰ ਆਖਿਆ ਸੀ ਫੋਨ 'ਤੇ ਕਿ ਅਸੀਂ ਨਵਾਂ ਪੱਖਾ ਦੇਵਾਂਗੇ ਤਬਦੀਲ ਕਰਕੇ ਦੇਵਾਂਗੇ ਚਲੋ ਠੀਕ ਹੈ ਚੈੱਕ ਕਰ ਲੈਣ ਇੱਕ ਵਾਰੀ ਆਪਣੀ ਤਸੱਲੀ ਕਰ ਲੈਣੇ ਅਤੇ ਇਹਨਾਂ ਹੁਣ ਪੱਖਾ ਤਾਂ ਨਵਾਂ ਹੀ ਦੇਣਾ ਇਹਨਾਂ ਸਾਨੂੰ ਬਾਕੀ ਚਾਰ ਚੱਲ ਗਏ ਇਹ ਨਹੀਂ ਚੱਲਿਆ ਪਤਾ ਨਹੀਂ ਜੀ ਕਿੱਟ ਚੜਾਉਣਾ ਕੀ ਹੈ ਇਹ ਹੁਣ ਦੱਸਣਗੇ ਸਾਨੂੰ ਕੀ ਮਸਲਾ ਹੈਗਾ ਸਮਝ ਆਈ ਜੀ ਸਮਝ ਆ ਗਈ ਬਾਦਸ਼ਾਹ ਕੀ ਇਹ ਵੀਡੀਓ ਜੀ
ਨਹੀਂ ਸਾਨੂੰ ਵੀ ਦੱਸੋ ਨਾ, ਮੈਂ ਕਿਹਾ ਵੀਡੀਓ ਦਾ ਕੀ ਮਿਸਾਲ ਸਮਝਾਈ, ਇਸ ਚੀਜ਼ ਦੀ ਬਣ ਰਹੀ ਹੈ, ਆਨਲਾਈਨ ਵੀਡੀਓ ਬਣ ਰਹੀ ਹੈ ਮੁਲਕ ਨੂੰ ਵਿਖਾਉਣ ਵਾਸਤੇ। ਕੀ ਨਾਂ ਤੁਹਾਡਾ? ਮਲਕ ਮੁਹੰਮਦ ਉਮੈਰ। ਇੱਧਰ ਮੂੰਹ ਕਰਕੇ ਦੱਸੋ। ਮਲਕ ਮੁਹੰਮਦ ਉਮੈਰ ਜਨਾਬ। ਲਓ ਜੀ, ਸਾਡਾ ਤੇ 2500 ਦਾ ਪੈਟਰੋਲ ਗਿਆ। ਪੈਟਰੋਲ ਇੰਜ ਗਿਆ ਕਿ ਦੇਖੋ ਪੱਖਾ ਚੱਲ ਰਿਹਾ, ਇਹ ਪਤਾ ਨਹੀਂ ਹੁਣ ਇਹਨਾਂ ਕੋਲ ਸਾਨੂੰ ਦਮ ਦੱਸੋ ਨਾ, ਜਿਹੜੇ ਇਹਨਾਂ 'ਤੇ ਪੜ੍ਹਦੇ ਹੀ ਹੁੰਦੇ, ਅਸੀਂ ਵੀ ਜਾ ਕੇ ਕਰ ਲਈਏ ਅਤੇ ਦਮ ਚੱਲ ਜੇ। ਇਹ ਵੇਖ ਲਓ ਜੀ, ਸਾਡੇ ਨਾਲ ਮਜ਼ਾਕ ਬਣਿਆ ਇੱਧਰ ਭਾਈ ਹੋਰ ਨਾਲ। ਭਾਈ ਜੀ ਤੁਹਾਡਾ ਕੀ ਬਣਿਆ ਜੀ? ਮਸਲਾ ਬਣਿਆ ਜੀ। ਅੱਛਾ, ਇੱਥੇ ਆ ਕੇ ਚੱਲ ਗਿਆ। ਲਓ ਜੀ, ਇਹਨਾਂ ਦਾ ਵੀ ਇੱਥੇ ਚੱਲ ਗਿਆ, ਇਹਨਾਂ ਕੋਲ ਦਮ ਹੈ, ਅਸੀਂ ਪੁੱਛਦੇ ਹਾਂ ਇਹਨਾਂ ਨੂੰ, ਦਮ ਅਸੀਂ ਇਹਨਾਂ ਕੋਲੋਂ ਸਾਰਾ ਪਤਾ ਹੁੰਦਾ। ਅਗਰ ਤਾਰ ਉਲਟੀ ਲੱਗੇ ਤਾਂ ਵੀ ਮਤਲਬ ਪੱਖਾ ਨਹੀਂ ਚੱਲਦਾ, ਅਗਰ ਤਾਰ ਲੂਜ ਲੱਗੇ ਤਾਂ ਵੀ ਜਿਹੜਾ ਪੱਖਾ ਨਹੀਂ ਚੱਲਦਾ, ਕਿਉਂਕਿ ਕਨੈਕਟਰ ਸਟ੍ਰਿਪ ਹੈ ਨਾ, ਇੱਧਰੋਂ ਤਾਰ ਲਾਈਏ, ਇੱਧਰੋਂ ਤਾਰ ਹੈ, ਤਾਰ ਦੇ ਨਾਲ ਲੱਗੇਗੀ ਤੇ ਉਹਨੇ ਆਉਣਾ। ਲਤੀਫ ਚਨੇ ਵਾਲਾ ਬਹੁਤ ਪੁਰਾਣੀ ਦੁਕਾਨ ਹੈ, ਇੱਥੇ ਅਸੀਂ ਰੋਟੀ ਖਾਵਾਂਗੇ ਆਪਣੀ। ਇਹ ਨਾ ਹੁਣ ਨਵਾਂ ਬਣਾਇਆ ਜੀ, 4 ਮੰਜ਼ਿਲਾ, ਜਿਹੜਾ ਦੇਖ ਸਕਦੇ ਹਾਂ। ਇੱਧਰ ਇਹਨਾਂ ਦਾ ਦੂਸਰਾ ਸਿਸਟਮ ਹੈ ਹਾਜੀ ਲਤੀਫ ਚਨੇ ਵਾਲਾ, ਇਹ ਹਾਜੀ ਲਤੀਫ ਸੰਘ ਤੀਫ ਉਰਫ ਤੀਫਾ ਛੋਲੇ ਵਾਲਾ, ਇਹ ਤੀਫੇ ਦੇ ਨਾਂ ਤੋਂ ਜ਼ਿਆਦਾ ਮਸ਼ਹੂਰ ਨੇ। ਚਲੋ ਜੀ, ਹੁਣ ਚਨਿਆਂ ਦੇ ਨਾਲ ਰੋਟੀ ਖਾਈਏ, ਚਨਿਆਂ ਨਾਲ ਰੋਟੀ ਖਾਂਦੇ। ਇਹਨਾਂ ਦਾ ਹਾਲ ਆ ਗਿਆ ਜੀ, ਇਹਨਾਂ ਦਾ ਕਾਊਂਟਰ ਆ ਗਿਆ ਜੀ। ਆਪਣਾ ਨਾਮ ਤਾਂ ਦੱਸ ਦਿਓ ਜੀ, ਆਪਣਾ ਨਾਮ। ਮੁਹੰਮਦ ਸਦੀਕ। ਇੱਧਰ ਇਹਨਾਂ ਦੇ ਚਰਗੇ ਪਏ ਨੇ ਜੀ, ਅਤੇ ਨਾਲ ਦੀ ਨਾਲ ਤਲੇ ਜਾਂਦੇ ਨੇ, ਤਾਜ਼ੇ ਤਲਦੇ ਜੀ। ਲਓ ਜੀ, ਅਸੀਂ ਹੁਣ ਮੰਗਵਾ ਦੀਆਂ, ਰੋਟੀ ਆ ਗਈ, ਚਨੇ ਆ ਗਏ,
ਬਾਤ ਆ ਗਈ ਬਾਜ਼ਾਰ ਖਾਏਗਾ ਸਾਰੇ ਬਾਜ਼ਾਰ ਖਾਏਗਾ ਇੱਧਰ ਮੌਸਮ ਜਿਹੜਾ ਮੌਸਮ ਵੀ ਬੜੇ ਦਿਨਾਂ ਬਾਅਦ ਖਾਣ ਲੱਗਿਆ ਚਣੇ ਇਹ ਚਣੇ ਜੀ ਇਹਨਾਂ ਦੇ ਯਾਰ ਕੁਛ ਹੈ ਤਾਂ ਪਵਾ ਲੈਣੀ ਚਣਿਆਂ 'ਚ ਸਲਾਦ ਰੋਟੀ ਆ ਗਈ ਜੀ ਬਾਜ਼ਾਰ ਕਹਿੰਦਾ ਜੀ ਅਸੀਂ ਜਿਹੜਾ ਨਾ ਜੀ ਕੋਈ ਚਣਿਆਂ 'ਚ ਕੋਈ ਸ਼ੈ ਨਹੀਂ ਪਾਉਣੀ ਸਾਦਾ ਚਣੇ ਖਾਣੇ ਨੇ ਲੇਕਿਨ ਮੈਂ ਉਹਨਾਂ ਨੂੰ ਆਖਿਆ ਸਾਨੂੰ ਲੈਗ ਪੀਸ ਇੱਕ ਦਿਓ ਅਤੇ ਮੈਂ ਤਾਂ ਲੈਗ ਪੀਸ ਖਾਣਾ ਹੀ ਖਾਣਾ ਇਹ ਨਹੀਂ ਖਾਂਦੇ ਮੈਂ ਤਾਂ ਆਖਿਆ ਚਣਿਆਂ 'ਚ ਆਂਡਾ ਪਵਾ ਲਓ ਜਾਂ ਲੈਗ ਪੀਸ ਪਵਾ ਲਓ ਲੈਗ ਪੀਸ ਸਾਡਾ ਆ ਚੁੱਕਿਆ ਅਸੀਂ ਰੋਟੀ ਖਾ ਲਈ ਅੱਛੇ ਚਣੇ ਬਣੇ ਸਨ ਹਰ ਚੀਜ਼ ਅੱਛੀ ਸੀ ਇਹਨਾਂ ਦੀ ਬਾਜ਼ਾਰ ਆਪਣਾ ਪੀ ਲਿਆ ਜੀ ਅਸੀਂ ਪੀ ਲਈ ਆਪਣੀ ਇਹ ਪੀ ਲਿਆ ਅਤੇ ਦੇਖ ਲਓ ਥਾਲੀਆਂ ਅਸੀਂ ਖਾਲੀ ਕਰਤੀਆਂ ਨੇ ਵਿੱਚ ਛੱਡਿਆ ਮੈਂ ਛੱਡਿਆ ਥੋੜ੍ਹਾ ਸਾਲ ਚਲੋ ਹੁਣ ਬਿੱਲ ਦੇਈਏ ਬਿੱਲ ਬਿੱਲ 1100 ਚਲੋ ਜੀ 1100 ਬਿੱਲ ਬਣਿਆ ਕੋਈ ਨਹੀਂ ਸਾਡਾ ਐਡਾ ਜ਼ਿਆਦਾ ਬਣਿਆ ਤਰੇ ਬੰਦੇ ਸੀ ਬਿੱਲ ਦੇਈਏ ਜੀ ਇਹਨਾਂ ਨੂੰ ਬਿੱਲ ਦੇਈਏ ਸਰਵਿਸ ਅੱਛੀ ਹੈ ਇਹਨਾਂ ਦੀ ਅਸੀਂ ਤਾਂ ਜਿਹੜਾ ਨਾ ਜੀ ਇਹਨਾਂ ਕੋਲ ਆ ਕੇ ਚਣੇ ਛਣੇ ਖਾਈਦੇ ਨੇ ਬਹੁਤ ਪੁਰਾਣੇ ਨੇ ਇੱਧਰ ਇਹਨਾਂ ਦੀਆਂ ਦਾਲਾਂ ਪਈਆਂ ਨੇ ਜੀ ਕਿਹੜੀ ਕਿਹੜੀ ਸ਼ੈ ਜੀ ਤੁਹਾਡੇ ਕੋਲ ਚਿਕਨ ਅਚਾਰੀ ਹੈ ਚਿਕਨ ਕੀਮਾ ਹੈ ਦਾਲ ਮਾਸ਼ ਹੈ ਸਬਜ਼ੀ ਹੈ ਅੱਛਾ ਆਲੂ ਪਾਲਕ ਲਓ ਜੀ ਇਹਨਾਂ ਦੇ ਇਹਨੇ ਦਾਲਾਂ ਆਲੂ ਪਾਲਕ ਅਚਾਰੀ ਅਚਾਰੀ ਚਿਕਨ ਅਚਾਰੀ ਹੈ ਅੱਛਾ ਚਿਕਨ ਕੀਮਾ ਹੈ ਅੱਛਾ ਮਿਕਸ ਸਬਜ਼ੀ ਹੈ ਹਾਂ ਦਾਲ ਮਾਸ਼ ਹੈ ਆਲੂ ਪਾਲਕ ਹੈ ਲਓ ਜੀ ਚਾਰ ਚੀਜ਼ਾਂ ਇਹਨਾਂ ਕੋਲ ਪਈਆਂ ਨੇ ਮਾਸ਼ਾਅੱਲਾ ਅੱਛਾ ਖਾਣਾ ਇਹਨਾਂ ਦਾ ਸਫਾਈ ਦਾ ਬੜਾ ਖਿਆਲ ਰੱਖਿਆ ਗਿਆ ਸਫਾਈ ਜਿਹੜੀ ਇਹਨਾਂ ਦੀ ਸਭ ਤੋਂ ਅੱਛੀ ਚੀਜ਼ ਜਿਹੜੀ ਉਹ ਸਫਾਈ ਆ ਅਗਰ ਸਫਾਈ ਨਹੀਂ ਤਾਂ ਖਾਣ ਨੂੰ ਦਿਲ ਕੋਈ ਨਹੀਂ ਕਰਦਾ ਭਾਵੇਂ ਕਿੰਨਾ ਵੀ ਉਹ ਅੱਛਾ ਖਾਣਾ ਪੱਕਿਆ ਹੋਵੇ ਨਹੀਂ ਦਿਲ ਕਰਦਾ ਲਓ ਜੀ ਅਸੀਂ ਹੁਣ ਪਿਆਜ਼ ਲੈਣ ਲੱਗੇ ਹਾਂ ਅਤੇ ਪਿਆਜ਼ ਦਾ ਰੇਟ ਪੁੱਛਦੇ ਹਾਂ ਇਹਨਾਂ ਨੂੰ ਕੀ ਰੇਟ ਹੈ ਅਤੇ ਪਿਆਜ਼ ਇਹਨਾਂ ਦਾ ਮੈਨੂੰ ਪਸੰਦ ਆਇਆ ਲੇਕਿਨ ਰੇਟ ਨਹੀਂ ਅਜੇ ਇਹਨਾਂ ਨਾਲ ਬਣ ਰਿਹਾ ਸਾਡਾ ਅਤੇ ਰੇਟ ਦੋ ਜਣੇ ਨੇ ਦੋਵੇਂ ਵੱਖਰਾ ਵੱਖਰਾ ਰੇਟ ਦੱਸ ਰਹੇ ਨੇ ਅਤੇ ਹੁਣ ਵੇਖ ਦੇਖ ਕੇ ਇਹਦਾ ਰੇਟ ਜਿਹੜਾ ਸਹੀ ਆ ਇਹ ਹੁਣ ਤੁਸੀਂ ਜਿਹੜਾ ਨਾ ਜੀ ਪੂਰੇ ਪਾਕਿਸਤਾਨ 'ਚ ਵੀਡੀਓ ਬਲਕਿ ਪੂਰੀ ਦੁਨੀਆ 'ਚ ਜਾਣੀ ਹੈ ਇਹ ਤੁਸੀਂ ਫੈਸਲਾ ਕਰਨਾ ਪਾਕਿਸਤਾਨੀਆਂ ਦਾ ਵੀ ਰੇਟ ਇੱਕ ਹੈ ਇਹਨਾਂ ਦਾ ਜਾਂ ਦੋ ਨੇ ਹਾਂਜੀ ਕੀ ਰੇਟ ਇਹਦੇ ਦਾ 100 ਰੁਪਏ ਕਿਲੋ ਹਾਂਜੀ ਪਿਆਜ਼ 100 ਰੁਪਏ ਕਿਲੋ ਲਓ ਜੀ ਇਹ ਹੁਣ ਬਦਲ ਗਿਆ ਬਿਲਕੁਲ ਬਦਲ ਗਿਆ ਇਹਨੇ 120 ਦੱਸਿਆ ਸੀ ਅਤੇ ਹੁਣ 20 ਰੁਪਏ ਜਿਹੜਾ ਨਾ ਜੀ ਇਹਨੇ ਕੰਮ ਕਰਕੇ ਉਹਦਾ ਰੇਟ ਦੱਸ ਛੱਡਿਆ ਸਮਝ ਨਹੀਂ ਆਉਂਦੀ ਜਿਹੜੇ ਪਾਕਿਸਤਾਨ ਦੀ ਵੀ ਕਰਨਗੇ ਕੀ ਪਿਆਜ਼ ਇਹਦਾ ਅੱਛਾ ਜਿਹੜੀ ਚੀਜ਼ ਅੱਛੀ ਹੋਵੇ ਉਹ ਜਿਹੜਾ ਨਾ ਜੀ ਉਹ ਦੱਸਣਾ ਪੈਂਦਾ ਇੱਧਰ ਮੀਆਂ ਸਾਹਿਬ ਬੈਠੇ ਨੇ ਕਰਿਆਨੇ ਦਾ ਦੁਕਾਨ ਜਿਹੜੀ ਹੈ ਨਾ ਜੀ ਇਹਨਾਂ ਦਾ ਇੱਕ ਨੰਬਰ ਸੌਦਾ ਹੁੰਦਾ ਜੇ ਅਤੇ ਮੇਰਾ ਤਾਂ ਘਰ ਦਾ ਸੌਦਾ ਜਿਹੜਾ ਜੀ ਇੱਥੋਂ ਹੀ ਜਾਂਦਾ ਸਾਰਾ ਇਸ ਦੁਕਾਨ ਤੋਂ ਹੀ ਜਾਂਦਾ
ਹੋਰ ਜੀ ਮੀਆਂ ਸਾਹਿਬ ਸਿਹਤ ਠੀਕ ਠਾਕ? ਇਹ ਇਹਨਾਂ ਦੀ ਕਰਿਆਨੇ ਦੁਕਾਨ ਹੈ ਜੀ, ਮੀਆਂ ਕਰਿਆਨਾ ਸਟੋਰ। ਇੱਧਰ ਇੱਕ ਮੀਆਂ ਸਾਹਿਬ, ਦੂਸਰੇ ਮੀਆਂ ਬਰਾਦਰਾਂ ਨੇ, ਇਹਨਾਂ ਨੂੰ ਵੀ ਅਸੀਂ ਦਿਖਾ ਲਈਏ ਨਾ ਜੀ ਵਿੱਚ। ਇਸ ਦੁਕਾਨ ਤੋਂ ਹੀ ਮੇਰਾ ਸੌਦਾ ਜਾਂਦਾ ਜੀ ਸਾਰਾ, ਅਤੇ ਇੱਕ ਨੰਬਰ ਸੌਦਾ ਹੁੰਦਾ ਇਹਨਾਂ ਦਾ। ਪਿੱਛੇ ਬੜੀਆਂ ਮਾਰਕੀਟਾਂ ਛੱਡ ਕੇ ਆਈ ਦੀਆਂ ਨੇ, ਲੇਕਿਨ ਇਹਨਾਂ 'ਤੇ ਇਤਮਾਦ ਹੈ ਸਾਨੂੰ ਬਸ। ਇਹਦਾ ਕੰਡਾ ਚੈੱਕ ਕਰੋ ਜੀ, ਆਲੂ ਨੇ ਇਹਨਾਂ ਦੇ। ਆਲੂ ਕਿਵੇਂ ਲਾਏ ਨੇ? ਆਲੂ 100 ਰੁਪਏ ਕਿਲੋ। ਅੱਛਾ, ਆਲੂ ਵੀ 100 ਅਤੇ ਪਿਆਜ਼ ਵੀ 100 ਹੈਂ? ਕਿਵੇਂ ਕੀ ਨਾਂ? ਕੀ? ਮੁਹੰਮਦ ਬਲਾਲ। 2-2 ਕਿਲੋ। ਇਹ ਸਬਜ਼ ਮੰਡੀ ਹੈ ਜੀ, ਛੋਟੀ ਸਬਜ਼ ਮੰਡੀ ਸਰਗੋਧਾ। ਅਤੇ 5 ਕਿਲੋ ਆਲੂ ਵੀ ਕਰ ਦਿਓ ਸਰਕਾਰ। ਅੱਛਾ ਸਰਕਾਰ। ਲਓ ਜੀ, ਅਸੀਂ ਹੁਣ 5 ਕਿਲੋ ਪਿਆਜ਼ ਲੈ ਲਿਆ ਅਤੇ ਆਲੂ ਹੁਣ 5 ਕਿਲੋ ਅਸੀਂ ਤਲਾਣ ਲੱਗੇ ਹਾਂ। ਆਲੂ ਵੀ 100 ਰੁਪਏ ਅਤੇ ਪਿਆਜ਼ ਵੀ 100 ਰੁਪਏ। ਵਾਹ, ਇਹ ਹੈ ਪਾਕਿਸਤਾਨ, ਹਰ ਚੀਜ਼ ਦਾ ਰੇਟ ਇੱਕ। ਕਿਆ ਕਹਿੰਦੇ ਪਾਕਿਸਤਾਨ, ਪਾਕਿਸਤਾਨ ਪਾਕਿਸਤਾਨ। ਇੱਕ ਸਾਡੇ ਸਬਸਕ੍ਰਾਈਬਰ ਸਾਨੂੰ ਮਿਲੇ ਨੇ ਜੀ ਅਚਾਨਕ। ਕੀ ਨਾਂ ਜੀ ਦੱਸਿਓ? ਮੁਹੰਮਦ ਅਸ਼ਫਾਕ। ਕੀ ਕੰਮ ਕਰਦੇ ਹੋ? ਕੋਲਗੇਟ ਕੰਪਨੀ ਮੇ ਜੌਬ ਕਰਦੇ। ਲਓ ਜੀ, ਕੋਲਗੇਟ ਕੰਪਨੀ ਮੇ ਜੌਬ ਕਰ ਰਹੇ ਨੇ ਅਤੇ ਇਹ ਸਾਡੇ ਸਬਸਕ੍ਰਾਈਬਰ ਨੇ। ਇਹਨਾਂ ਨੂੰ ਅਸੀਂ ਇਸ ਵਾਸਤੇ ਵਿੱਚ ਲਿਆ ਰਹੇ ਹਾਂ ਕਿ ਸਾਡੇ ਸਬਸਕ੍ਰਾਈਬਰ ਨੇ। ਬਸ ਬਾਜ਼ਾਰ ਉਰੀ ਬਹਿ ਗਏ ਨੇ ਅਤੇ ਅਸੀਂ ਵੀ ਹੁਣ ਬਹਿਣ ਲੱਗੇ ਹਾਂ ਗੱਡੀ 'ਚ। ਚੱਲੀਏ, ਸਾਰੇ ਕੰਮ ਮੁੱਕ ਗਏ ਨੇ ਹੁਣ ਅਤੇ ਹੁਣ ਅਸੀਂ ਚੱਲੇ ਹਾਂ ਵਾਪਸ। ਸਾਰੇ ਕੰਮ ਸਾਡੇ ਮੁੱਕ ਗਏ ਅਤੇ ਅਸੀਂ ਹੁਣ ਚੱਲੇ ਹਾਂ ਜੀ ਵਾਪਸ। ਸਾਰੇ ਕੰਮ ਅਸੀਂ ਮੁਕਾ ਲਏ ਆਪਣੇ, ਕਿਉਂਕਿ ਯਾਰ ਮੁੱਕ ਗਏ ਕੰਮ ਸਾਡੇ ਸਾਰੇ। ਲਓ ਜੀ, ਹੁਣ ਸਾਡੀ ਵਾਪਸੀ ਸ਼ੁਰੂ ਹੈ ਅਤੇ ਅੱਲਾ ਕਰਮ ਕਰੇਗਾ ਅਸੀਂ ਇਸ ਟਾਈਮ। ਲਓ ਜੀ, ਹੁਣ ਅਸੀਂ ਸ਼ੈਨ ਚੌਕ ਤੋਂ ਜਿਹੜਾ ਨਾ ਜੀ ਵਾਪਸੀ ਵੱਲ ਤੁਰ ਪਏ ਹਾਂ। ਕਚਹਿਰੀ ਬਾਜ਼ਾਰ 'ਚੋਂ ਨਿਕਲ ਕੇ ਅਸੀਂ ਹੁਣ ਜਾ ਰਹੇ ਹਾਂ। ਬਸ ਇਕੱਲੇ ਚਣੇ ਹੀ ਖਾਏ ਨੇ ਅਤੇ ਚਣੇ ਜਿਹੜੇ ਆ ਨਾ ਜੀ ਬਾਜ਼ਾਰ ਦੀ ਫੇਵਰੇਟ ਡਿਸ਼ ਹੈ, ਫੇਵਰੇਟ ਡਿਸ਼ ਹੈ ਇਹਦੀ। ਚਣੇ ਬੜੇ ਸ਼ੌਕ ਨਾਲ ਖਾਂਦਾ, ਘਰੋਂ ਟੁਰੇ ਹੀ ਕਹਿ ਕੇ ਵੀ ਮੈਂ ਚਣੇ ਖਾਣੇ ਨੇ ਅਤੇ ਚਣੇ ਇਹਨੇ ਖਾ ਲਏ ਜੀ। ਹੁਣ ਮੈਂ ਉਹ ਰਾਹ ਦੱਸਿਆ ਵਾਪਸੀ 'ਤੇ, ਪਹਿਲੇ ਜਦੋਂ ਆ ਰਹੇ ਸੀ ਮੈਂ ਕਿਹਾ ਜੀ ਬੜੀ ਦੇਰ ਬਾਅਦ ਖਾਣ ਜਾ ਰਹੇ ਹਾਂ ਅਤੇ ਵਾਕਈ ਅਸੀਂ ਦੇਰ ਬਾਅਦ ਹੀ ਖਾਏ ਨੇ, ਇਹਦੇ ਕੋਈ ਸ਼ੱਕ ਨਹੀਂ। ਅਤੇ ਇੱਥੇ ਹੀ ਫਿਰ ਰਹੇ ਹਾਂ ਅਤੇ ਮੌਸਮ ਬੜਾ ਖੁਸ਼ ਹੈ। ਲਾਉਣ ਵਾਲਾ ਵੀ ਪਹੁੰਚ ਗਿਆ, ਲਾਉਣ ਵਾਲਾ ਉਹਨਾਂ ਨਾਲੋਂ ਵੀ ਕਾਲਾ, ਕਹਿੰਦੇ ਚੋਰ ਨਾਲੋਂ ਪੰਡ ਕਾਲੀ। LCD ਅਜੇ ਪਹੁੰਚੀ ਨਹੀਂ ਅਤੇ ਲਾਉਣ ਵਾਲਾ ਪਹਿਲੇ ਪਹੁੰਚ ਗਿਆ, ਐਡੀ ਫਾਸਟ ਉਹਦੀ ਸਰਵਿਸ ਹੈ। ਪਾਕਿਸਤਾਨ ਦੇ ਵਿੱਚ ਜਿਹੜੀ ਸਰਵਿਸ ਹੈ ਨਾ ਜੀ, ਇਹ ਕੀ ਦੱਸੀਏ ਤੁਹਾਨੂੰ ਹੁਣ, ਫਾਸਟ ਹੈ ਕਿ ਯਾਰ ਸਲੋ ਹੈ, ਬਸ ਜਿਹੜਾ ਪਹੁੰਚ ਗਿਆ ਠੀਕ ਹੈ ਪਹਿਲੇ। ਇਹ ਜੀ ਅਸੀਂ ਹੁਣ ਚਾਹ ਵਾਲੇ ਹੋਟਲ 'ਤੇ ਆ ਗਏ, ਸਰਕਟ ਹਾਊਸ ਦੇ ਨਾਲ ਹੈ ਇਹ ਹੋਟਲ ਗੁਜਰਾਂ ਦਾ, ਅਤੇ ਇਹਨਾਂ ਦੀ ਚਾਹ ਬੜੀ ਅੱਛੀ ਹੁੰਦੀ ਹੈ ਪੀਣ ਵਾਲੀ। ਹੁਣ ਅਸੀਂ ਚਾਹ ਪੀਣ ਲੱਗੇ ਹਾਂ। ਇੱਧਰ ਮੌਸਮ ਬੈਠਾ, ਇੱਧਰ ਗੁਲਜ਼ਾਰ ਬੈਠਾ ਜੇ, ਇੱਧਰ ਅਸੀਂ ਬੈਠੇ ਹਾਂ
ਅਤੇ ਅਸੀਂ ਹੁਣ ਚਾਰੇ ਤਰਾਵੇ ਦਿਨ ਚਾਹ ਪੀਵਾਂਗੇ, ਚਾਹ ਪੀ ਕੇ ਫਿਰ ਸਿੱਧੇ ਘਰ। ਹੋਰ ਰਾਜ ਸਾਨੂੰ ਕੋਈ ਕੰਮ ਨਹੀਂ, ਇਹੀ ਕੰਮ ਸੀ ਕਿ ਚਾਹ ਪੀਣ ਨਾਲ ਇਹ ਹੁਣ ਅਸੀਂ ਪੀ ਕੇ ਨਿਕਲ ਜਾਣਾ। ਚਾਹ ਆਉਂਦੀ ਹੈ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹਦੀ ਚਾਹ ਬਣਾਉਂਦੇ ਨੇ ਜੀ ਸਾਡੀ। ਆ ਦੇਖੋ ਨੀਵੀਆਂ ਕਰੀ, ਨੀਵੀਆਂ ਕਰੀ ਚਾਹਵਾਂ ਥੋੜ੍ਹੀ ਜੀ। ਲਓ ਜੀ ਇਹ ਚਾਹ ਆ ਗਈ ਸਾਡੀ ਚਾਹ, ਇਹਨਾਂ ਦੀ ਜਿਹੜੀ ਮਜ਼ੇਦਾਰ ਹੁੰਦੀ ਹੈ। ਅਤੇ ਤਿੰਨ ਕੱਪ ਅਸਾਂ ਮੰਗਾਏ ਨੇ, ਪੀਂਦੇ ਹਾਂ ਅਤੇ ਫਿਰ ਤੁਹਾਨੂੰ ਦੱਸਦੇ, ਦੱਸਣਾ ਕਿ ਅੱਗੇ ਵੀ ਪੀਂਦੇ ਹਾਂ ਅਸੀਂ ਇੱਥੋਂ, ਅਤੇ ਚਾਹ ਬੜੀ ਮਜ਼ੇਦਾਰ ਹੁੰਦੀ। ਲਓ ਜੀ ਅਸੀਂ ਚਾਹ ਹੁਣ ਪੀ ਲਈ, ਚਾਹ ਬੜੀ ਮਜ਼ੇਦਾਰ ਸੀ ਇਹਨਾਂ ਦੀ। ਅਤੇ ਹਾਂ ਗੁਲਜ਼ਾਰ, ਚਾਹ ਕੈਸੀ ਸੀ? ਅਤੇ ਚਾਹ ਬੜੀ ਮਜ਼ੇਦਾਰ ਸੀ, ਪਸੀਨੇ ਛੁੱਟ ਗਏ, ਗਰਮੀ ਬੜੀ ਹੈ। ਚਲੋ ਹੁਣ ਪਸੀਨਾ ਗੱਡੀ 'ਚ ਰੁਕ ਜਾਏਗਾ, ਥੋੜ੍ਹੀ ਠੰਡੀ ਹੋਏਗੀ ਨਾ, ਏਸੀ ਚੱਲਿਆ, ਅਤੇ ਅੱਲਾ ਕਰਮ ਕਰੇਗਾ। ਮੌਸਮ ਤੂੰ ਕਿ ਜਿਹਾ ਸਾਊਦੀ ਅਰਬ ਦਾ? ਹਾਂ ਮੌਸਮ ਦੀ ਡਰਾਈਵਰੀ ਜਿਹੜੀ ਹੈ ਸਾਊਦੀ ਅਰਬ ਦੀ ਹੁੰਦੀ ਹੈ, ਵਿੱਚ ਵਿੱਚ ਮੌਸਮ ਜਿਹੜਾ ਨਾ ਜੀ ਕਰਦਾ, ਵਿੱਚ ਝਟਕੇ ਲਵਾਉਂਦਾ, ਕ੍ਰਾਸਿੰਗ ਗਲਤ ਕਰ ਜਾਂਦਾ ਕਿਸੇ ਟਾਈਮ। ਅੱਛਾ ਤੁਹਾਨੂੰ ਦੱਸ ਡਰਾਈਵਰੀ ਕੋਈ ਨਹੀਂ ਸਹੀ ਲੱਗੀ ਜੀ? ਅਸੀਂ ਹੁਣ 49 ਟੇਲ 'ਤੇ ਆ ਗਏ ਹਾਂ, ਅਤੇ ਕ੍ਰਾਸ ਕਰ ਗਏ 49 ਟੇਲ ਨੂੰ, ਅਤੇ ਸਿੱਧੇ ਹੋ ਗਏ ਹੁਣ ਅੱਗੋਂ ਬਾਈਪਾਸ ਤੋਂ ਅਸਾਂ ਹੋ ਜਾਣਾ ਜੀ ਕਾਂਡੀਵਾਲ ਰੋਡ 'ਤੇ, ਜਿਹੜੇ ਰੋਡ ਤੋਂ ਆਏ ਹਾਂ। ਸਾਨੂੰ ਤਕਰੀਬਨ ਕਾਂਡੀਵਾਲ ਰੋਡ 'ਤੇ ਲੱਗ ਜਾਣੇ 20 ਮਿੰਟ, 20 ਮਿੰਟ 'ਚ ਅਸੀਂ ਸ਼ਹਿਰ ਪਿੰਡ ਪਹੁੰਚ ਜਾਣਾ ਆਪਣੇ। ਅਸੀਂ ਹੁਣ ਜਿਹੜਾ ਨਾ ਜੀ 36 ਵਾਲਾ ਪੁਲ ਕ੍ਰਾਸ ਕਰਕੇ ਆਪਣੇ ਰੋਡ 'ਤੇ ਸਿੱਧੇ ਹੋ ਗਏ ਹਾਂ। ਅਤੇ ਹੁਣ ਇਹ ਉਹ ਰੋਡ ਆ ਜਿਹੜਾ ਸਾਡੇ ਚੱਕ ਦੇ ਵਿੱਚੋਂ ਦੀ ਜਾਂਦਾ। ਅਸੀਂ ਹੁਣ ਜੀ 45 ਦੀ ਦੂਜ 'ਚ ਸ਼ਾਮਿਲ ਹੋ ਗਏ ਹਾਂ। ਚਾਚਾ ਜਾਰਾ ਬੈਠਾ ਬੜਾ ਖੁਸ਼ ਹੈ, ਛੋਲੇ ਖਾ ਗਏ, ਛੋਲੇ ਖਾ ਕੇ ਬੜਾ ਖੁਸ਼ ਹੈ, ਪਰੇਡ ਖਾ ਗਿਆ ਅੱਜ ਸਾਰੀ ਹੈ ਪਿਛੋਲਿਆਂ ਦੀ। ਫਰਿਆਦ ਨੂੰ ਸਾਰੇ ਜਾਣਦੇ ਮੇਰੇ ਚੈਨਲ ਵਾਲੇ। ਇਹ ਅਸੀਂ ਚੱਕ ਆ ਗਏ ਸਾਡਾ, ਸ਼ਹੀਦੀ ਦਾ ਘਰ, ਅਗਲਾ ਫੌਜੀ ਦਾ ਘਰ ਹੈ ਵੀ ਦੱਸ ਹੈ ਜਿਹੜੇ ਨੇ ਇਹਨਾਂ ਦਾ ਅੱਗੇ ਬਣਾਈ ਸੀ ਵੀਡੀਓ ਇਹਨਾਂ ਦੀ। ਜਿਹੜਾ ਜੀ ਸਾਡਾ ਚੱਕ ਆ ਗਿਆ, ਚੱਕ 'ਚ ਅਸੀਂ ਵੜ ਗਏ ਆਪਣੇ 45 ਚੱਕ 'ਚ। ਚੱਕ 45 ਸਾਡਾ ਬੜਾ ਖੁਸ਼ ਆ। ਆ ਗਈ ਜੀ ਸਾਡੀ, ਇਹ ਸਾਡੀ ਗਲੀ ਆ ਗਈ ਜੀ। ਚਲੋ ਜੀ ਇੱਥੇ ਹੁਣ ਅਸੀਂ ਜਿਹੜਾ ਨਾ ਜੀ ਗੱਡੀ ਰੁਕ ਗਈ, ਅਤੇ ਹੁਣ ਅਸੀਂ ਲੱਗੇ ਹਾਂ ਉਤਰਨ। ਬਾਕਸਿੰਗ ਕਰਾ ਲਈ ਹੈ, ਅਤੇ ਇਹ ਸਾਡੀ ਐਲ ਸੀ ਡੀ ਪਈ ਹੈ, ਇਹ ਡੱਬਾ ਐਲ ਸੀ ਡੀ ਦਾ ਖਾਲੀ ਹੋ ਗਿਆ ਜੀ। ਉਸਤਾਦ ਵੀ ਆ ਗਏ ਨੇ ਐਲ ਸੀ ਡੀ ਲਾਉਣ ਵਾਸਤੇ। ਕੀ ਨਾਂ ਜੀ? ਹਸਨ ਅਲੀ ਸਾਹਿਬ, ਇੱਧਰ ਮੂੰਹ ਕਰੋ ਨਾ, ਇੱਧਰ ਇਹਨਾਂ ਦੇ ਅੱਗੇ ਵੱਡੇ ਉਸਤਾਦ ਆਏ ਨੇ। ਤੁਹਾਡਾ ਕੀ ਨਾਂ ਜੀ? ਅਰਸਲਾਨ ਸਾਹਿਬ।
ਲਓ ਜੀ ਐਲ ਸੀ ਡੀ ਜਿਹੜੀ ਯਾਨੀ ਕਿ ਚੱਲ ਗਈ ਆ।